ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ 'ਚ ਤੁਹਾਨੂੰ ਟੋਟਲ 6 ਪਸ਼ੂ ਜਿਹੜੇ ਵਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ 4 ਗਾਵਾਂ ਹੈ। ਇੱਕ ਤੁਹਾਨੂੰ ਆ ਜਰਸੀ ਵੱਛੀ ਤੁਹਾਨੂੰ ਵਿਖਾਉਣੀ ਹੈ ਚੰਗੇ ਰਿਕਾਰਡ ਵਾਲੀ, ਇੱਕ ਤੁਹਾਨੂੰ ਵਛੇਰਾ ਵਿਖਾਉਣਾ ਹੈ, ਉਹ ਵੀ ਤੁਹਾਨੂੰ ਦਿਖਾ ਦਈਏ ਕਰੀ। ਆਹ ਵਛੇਰਾ ਜਿਹੜਾ ਵਿਖਾਉਣਾ ਐਂਡ 'ਤੇ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਚਾਲ ਜੀ? ਚਲੋ ਵਧੀਆ, ਠੀਕ ਠਾਕ ਚਾਹੀਦਾ, ਬੜੇ ਦਿਨ ਪਾਤੇ ਜੀ। ਉਦੋਂ ਵੇਖ ਗਿਆ ਫਿਰ ਮਾਲ ਹੁੰਦਾ ਵੇਖ ਜਾਂਦਾ ਸੀ ਮਾਲ ਤੇ ਫਿਰ। ਅੱਛਾ, ਤੇ ਉਦੋਂ ਵੇਖ ਗਿਆ ਪਿਛਲੀ ਵੀਡੀਓ ਦਾ ਮਾਲ? ਫਿਰ ਕਿੰਨੇ ਕੁ ਫੋਨ ਫਾਨ ਆਏ ਇਹ? ਫੋਨ ਤੇ ਬਥੇਰੇ ਆਏ। ਅੱਛਾ, ਹਾਂਜੀ ਹਾਂਜੀ, ਠੀਕ ਆ। ਅੱਜ ਆਪਣੇ ਕੋਲ ਕਿੰਨੀਆਂ ਵੈਰਾਈਟੀ? ਅੱਜ ਵੀ ਕਾਫੀ ਆਪਣੇ ਕੋਲ, ਹਾਂਜੀ ਹਾਂਜੀ, 4 ਗਾਵਾਂ, ਇੱਕ ਵੱਛੀ ਤੇ ਇੱਕ ਵਛੇਰਾ। ਹਾਂਜੀ ਹਾਂਜੀ। ਤੇ ਸੂਈਆਂ ਕਿੰਨੀਆਂ ਜੀ? ਸੂਈਆਂ 4 ਜੀ। ਅੱਛਾ, 3 ਸੂਈਆਂ ਜੀ, ਇੱਕ ਗੱਬਣ ਇੱਕ ਵਛੀ, ਇੱਕ ਇੱਕ ਗੱਬਣਿਆਂ ਤੇ 3 ਸੂਈਆਂ, ਠੀਕ ਹੈ। ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਚੰਗੇ ਸੋਹਣੇ ਕੱਦ ਕਾਠ ਵਾਲੀ ਜਿਹੜੀ ਵੈੜ, ਇਹ ਤੋਂ ਹੀ ਆਪਾਂ ਕਰਨੀ ਹੈ। ਥਣਾਂ ਦਾ ਸਾਈਜ਼ ਗੈਪ ਆਪਾਂ ਦੇ ਸਕਦੇ ਹਾਂ, ਕਾਫੀ ਪਿਆਰਾ ਵਾ ਤੇ ਮਿਲ ਕੇ ਮੈਨੂੰ ਵੀ ਸੋਹਣੀ ਦਿਖਣ ਦੀ ਹੈ। ਕਿੰਨਾ ਚਿਰ ਹੋਇਆ ਵੀਰ ਜੀ ਇਹਨਾਂ ਸੂਈ ਨੂੰ? ਇਹ ਚੌਥਾ ਦਿਨ ਹੋ ਗਿਆ ਸੂਈ ਨੂੰ। ਚੌਥਾ ਦਿਨ ਹੈ ਸੂਈ ਨੂੰ? ਤੇ ਕਿੰਨਾ ਬੋਲਾ ਕਹਿ ਲਈਏ, ਦੁੱਧ ਕਹਿ ਲਈਏ ਤਿਆਰ ਜੇ ਦੇ ਕੋਲ? 18 ਕਿਲੋ ਤਿਆਰ ਜੇ ਬੋਲਾ। ਅੱਛਾ, ਤਿਆਰ ਬਿਲਕੁਲ? ਹਾਂਜੀ ਹਾਂਜੀ। ਕੋ 2 ਟਾਈਮ ਚੋਲੇ, 3 ਟਾਈਮ ਚੋਲੇ? ਨਾ ਭਾਵੇਂ 4 ਟਾਈਮ ਚੋਲੇ। ਤੇ ਕਿੰਨਾ ਦੁੱਧ ਚਵਾ ਜੂਗੀ ਇਹ? ਇਹ ਚਵਾਉਗੇ, ਉਹ ਕਹਿੰਦੇ ਪਹਿਲੇ ਸੂਏ ਦਾ ਹੀ 22 ਕਿਲੋ ਦੁੱਧ ਚੋਇਆ, ਅਰਬੀ 24-25 ਕਿਲੋ ਚਵਾਉਗੇ। ਅੱਛਾ, 24-25 ਲੀਟਰ ਚਵਾ ਜੂਗੀ। ਚਵਾ ਦੂਗੀ। ਬੱਚਾ ਕੀ ਮਗਰ? ਵਛੀ ਜੀ। ਅੱਛਾ, ਮਗਰੇ ਵੀ ਵੱਛੀ ਆ। ਖੋਲੋ, ਹਾਂ ਇੱਕ ਵਾਰੀ ਤੋਰੀਏ ਫਿਰ ਬੱਚਾ ਦਿਖਾ ਦਿੰਦੇ ਆ ਆਪਾਂ। ਬਾਕੀ ਕੱਦ ਕਾਠ ਜਿਹੜਾ ਕਾਫੀ ਚੰਗਾ ਸੋਹਣੀ ਵੈੜ ਆ ਜਿਹੜੀ। ਥੱਲਿਓ ਜਿਹੜੀ ਕਾਫੀ ਖੂਬਸੂਰਤ ਆ, ਹਾਂ ਦੇਖ ਸਕਦੇ ਜੀ। ਤੇ ਉਂਝ ਵੀ ਜਿਹੜੀ ਕੱਦ ਕਾਠ ਦੀ ਵੀ ਜਿਹੜੀ ਕਾਫੀ ਚੰਗੀ ਆ। ਲੈ ਜਾ ਵੀਰ ਜੀ, ਹਾਈਟ ਵੀ ਚੰਗੀ ਆ ਤੇ ਥੱਲਿਓ ਵੀ ਸੋਹਣੀ ਆ। ਤੇ ਆਹ ਜਿਹੜੀ ਇਹਦੀ ਵੱਛੀ ਆ, ਤੇ ਦੂਸਰੇ ਪਾਸੇ ਬਹਿਣੀ ਵਾਲੇ ਪਾਸੇ ਤਾਂ ਵੀ ਹਵਾਨਾ ਇਹਦਾ, ਇੱਕ ਵਾਰੀ ਲੱਗ ਕੇ ਤਾਂ ਦੇਖ ਸਕਦੇ। ਬਰੀਕ ਬਰੀਕ ਨਾੜਾਂ ਜਿਹੜੀਆਂ ਕਾਫੀ ਸੋਹਣੀਆਂ ਵਾ। ਤੇ ਕੀ ਮੁੱਲ ਜੇ ਵੀਰ ਜੀ ਇਹਦਾ? ਫਿਰ ਮੁੱਲ ਤਾਂ 85,000 ਕਰਦੇ। ਅੱਛਾ, 85,000 ਚ ਮਾਨ ਕਿੰਨਾ ਕਰੋਗੇ? ਮਾਨ ਕੋਈ ਨਹੀਂ ਕਰਦਾ, ਖੁੱਲਾ ਕਰਦਾ। ਅੱਛਾ, ਖੁੱਲਾ ਕਰ ਦੋਗੇ? ਹਾਂਜੀ। ਫੋਨ ਲਾਵੇ ਇੱਕ ਵਾਰੀ, ਹੈਨਾ? ਕੋਈ 75,000 ਦੀ ਦਾਂਗੇ। ਅੱਛਾ, 75,000 ਦੀ ਦੇ ਦੋਗੇ? ਹੋ ਜੂ ਉੱਚ ਮਾਨ ਤਨ? ਕੋਈ ਨਹੀਂ ਕਰਦਾ, ਫੋਨ ਇੱਕ ਵਾਰੀ ਲਾਵੇ, ਹੈਨਾ? ਕੋਈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆਪਾਂ ਦਿਖਾਉਣੀ ਆ, ਇਹ ਰਾਤ ਦੀ ਸੂਈ ਦੱਸਦੇ ਆ। ਤੇ ਬਾਕੀ ਥਣ ਜਿਹੜਾ ਕਾਫੀ ਪਿਆਰਾ ਇਹਦੇ ਕੋਲ, ਤੇ ਬਾਕੀ ਮਿਲਕਮੇਨ ਵੀ ਕਾਫੀ ਚੰਗੀ ਲੱਗੀ ਆ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਸੋਹਣੀਆਂ ਵਾ। ਇਹਦੇ ਮਗਰ ਬੱਚੇ, ਇਹਦੇ ਮਗਰ ਵੱਛੀ ਆ ਗਈ, ਠੀਕ ਹੈ ਜੀ। ਕੋਈ ਨੀ, ਬੈਠੀ ਰਹਿਣ ਦਾ। ਨਾੜੂ ਜਿਹੜਾ ਅਜੇ ਗਿੱਲਾ ਹੀ, ਗਿੱਲਾ ਅਜੇ ਰਾਤ ਦੀ ਸੂਈ ਆ, ਠੀਕ ਜੀ। ਮਗਰ ਵੱਛੀ ਵੀ ਚਲੋ ਸੋਹਣੀ ਆ। 6 ਕਿਲੋ ਸਵੇਰੇ ਬੋਲੀ ਚੋਲੀ ਆ, ਬਾਕੀ ਹੈਗੀ ਵੀ ਕ੍ਰੋਸ ਚ ਆ, ਹਨਾ? ਤੇ ਉਂਝ ਠੰਡੀ ਤੇਰੀ ਚ? ਠੰਡੀ ਤੇਰੀ ਆ ਵੇਖੋ। ਅੱਛਾ, ਹਾਂਜੀ, ਬਾਜੂ ਥੱਲੇ, ਠੀਕ ਆ, ਠੀਕ ਆ। ਤਾਰ ਵੀ ਮੋਟੀ, ਥਾਣ ਵੀ ਮੋਟਾ, ਦੂੜਾ ਥਣ ਲੱਗਾ। ਹਾਂਜੀ ਹਾਂਜੀ ਹਾਂਜੀ, ਬਸ ਠੰਡੀ ਤੇਰੀ, ਕੋਈ ਵੰਗਾ ਨਹੀਂ ਪਾਉਣਾ, ਠੀਕ ਆ। ਹਾਂਜੀ, ਤੇ ਕਿੰਨਵਾਂ ਸੂਆ ਸੂਈ ਜੇ? ਇਹ ਸੂਆ ਤੀਜਾ ਜੇ, ਤੀਸਰਾ ਸੂਆ ਸੂਈ। ਕਿੰਨਾ ਦੁੱਧ ਚਵਾ ਜੂਗੀ ਇਹ? ਚਵਾਉਗੀ ਵੇਖੋ, ਬੋਲਾ ਹੈਗਾ 12 ਕਿਲੋ, ਕੋਈ 16-17 ਕਿਲੋ ਕਰੂ। ਅੱਛਾ, 16-17 ਇੰਟ ਜਿਹੜਾ ਚਵਾਈ ਜਾਊਗੀ? ਹਾਂਜੀ ਹਾਂਜੀ, ਖੋਲੀ ਹਾਂ ਫਿਰ ਤੋਰੀ ਕਹਿੰਦਾ ਮੈਂ। 16-17 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਤਾਜ਼ੀ ਸੂਈ ਆ, ਰਾਤ ਦੀ ਸੂਈ ਆ ਜਿਹੜੀ, ਤੇ ਜੇ ਬੋਲਾ ਹੀ ਆ ਜਿਹੜਾ ਇਹਦੇ ਕੋਲ ਆ, ਦੇਖ ਸਕਦੇ। ਤੇ ਇਹਦਾ ਕੀ ਮੁੱਲ ਜੇ ਵੀਰ ਜੀ? ਫਿਰ ਇਹਦਾ ਕੀ ਮੁੱਲ ਜੇ? ਮੁੱਲ ਭਾਵੇਂ 50,000 ਕਰੀਏ, 45,000। ਅੱਛਾ, 45,000 ਦੀ ਦੇ ਦੋਗੇ, ਮਨ ਤਨ ਦੇ ਵਿੱਚ ਹੋ ਜੂਗਾ ਔਰ, ਹਨਾ? ਠੀਕ ਹੈ। ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਤੀਸਰੇ ਨੰਬਰ ਤੇ ਦਿਖਾਉਣੀ ਆ, ਇਹ ਵੀ ਜਿਹੜੀ ਸੂਈ ਆ, ਥਣ ਜਿਹੜਾ ਇਹਦੇ ਕੋਲ ਵੀ ਚੰਗਾ ਲੱਗਾ, ਮਿਲਕਮੇਨ ਵੀ ਸੋਹਣੀ ਆ। ਹਾਂਜੀ, ਇਹ ਕਿਨਵਾ ਸੂਆ ਸੂਈ ਜੇ ਵੀਰ ਜੀ? ਇਹ ਤੀਜਾ ਸੂਆ ਜੀ, ਠੀਕ ਹੈ। ਬਾਕੀ ਠੰਡੀ ਤੀਰੀ ਜਿਹੜੀ, ਇਹ ਵੀ ਠੰਡੀ ਤੀਰੀ ਆ, ਕੋਈ ਗੱਲ ਨਹੀਂ, ਠੀਕ ਹੈ।
ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਹਾਂਜੀ ਇਹਨੂੰ ਸੂਈ ਨੂੰ ਕਿੰਨਾ ਚਿਰ ਹੋਇਆ ਜੀ? 1.5 ਮਹੀਨੇ ਦੀ ਸੂਈ ਹੋਊਗੀ। ਅੱਛਾ ਹਾਂਜੀ ਬੱਚਾ ਹੈਗਾ ਜੀ ਇਹਦਾ? ਨਹੀਂ ਬੱਚਾ ਹੈਗਾ, ਬੱਚਾ ਮਰ ਗਿਆ ਜੀ। ਅੱਛਾ ਬੱਚਾ ਨਹੀਂ ਹੈਗਾ ਇਹਦਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਦੁੱਧ ਆ ਹਲੇ 12 ਕਿਲੋ ਤਿਆਰ ਸੀ। ਅੱਛਾ ਦੁੱਧ 13 ਕਿਲੋ ਹੋਊਗਾ ਪਰ 12 ਕਿਲੋ ਦੀ ਖੜਾ। ਅੱਛਾ 12 ਲੀਟਰ ਜਿਹੜਾ ਤਿਆਰ ਆ। ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਜੀ? ਇਹਦਾ ਮੁੱਲ ਕਰ ਲਓ ਜਿੰਨਾ ਮਰਜ਼ੀ ਕਰੀਏ ਉਹ ਤੁਸੀਂ ਮੁੱਲ ਤੇ 35000 ਕਰਦੇ 32000 ਦੀ ਦਾਂਗੇ। ਅੱਛਾ 32000 ਦੀ ਦੇ ਦੋਗੇ ਤੇ ਦੁੱਧ 12 ਲੀਟਰ ਚਵਾ ਕੇ ਦੋਗੇ ਮੌਕੇ ਤੇ? 13 ਕਿਲੋ ਹੀ ਹੋਊਗਾ ਦੁੱਧ 12 ਕਿਲੋ। ਠੀਕ ਹੈ ਖੋਲੋ ਹਾਂ ਫਿਰ ਤੋਰੀਏ ਕਰੀ ਨੂੰ। बाकी कद काठ की रंग रूप की जड़ी चंगी है भी। ठीक है जी लै जी बाकी सूई सवाई है इतने आके अपनी तसली करके खड़ो। बच्चा जरा यदा हैगा नहीं है तो हम एक गबन जर्सी तुम दिखाई है थान तुम लागे तो दिखा दी एक करी। हाँ दे सकते जी इन्हें किनवा सूआ सूना जी ਫਿਰ ਬੱਤੀ ਹਜ਼ਾਰ ਚ ਵੀ ਮਾਨ ਤਾਨ ਜਿਹੜਾ ਕਹਿੰਦੇ ਬਾਕੀ ਜਰਸੀ ਆ ਜਿਹੜੀ ਹੁਣ ਜਿਹੜਾ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਕੱਦ ਕਾਠ ਜਿਹੜਾ ਇਹਦਾ ਚੰਗਾ ਆ। ਠੀਕ ਹੈ ਵੀਰ ਜੀ ਲੈ ਜਾਓ ਜੀ ਬਾਕੀ ਛੋਟੇ ਕੱਦ ਵਾਲੀ ਨਹੀਂ ਹੈ ਜਰਸੀ। ਠੀਕ ਹੈ ਜਿਹੜਾ ਇਹਦਾ ਕੱਦ ਸੌਣ ਤੱਕ ਵੀ ਹਵਾਨਾ ਚੰਗਾ ਭਰੂਗੀ। ਹੁਣ ਇੱਕ ਵੱਛੀ ਆ ਜਰਸੀ ਜਿਹੜੀ ਇੱਕ ਤੁਹਾਨੂੰ ਦਿਖਾਉਣੀ ਹੈ ਇਹ ਵੀ ਵੀਰ ਜੀ ਤੋਰ ਕੇ ਦਿਖਾ ਹੀ ਦਈਏ ਇੱਕ ਵਾਰੀ ਖਾਣੇ ਦੇ ਇੱਕ ਵਾਰੀ ਦੇ ਸਕਦੇ ਲਾਗੇ ਤਾਂ ਇਹਦੇ ਦੀ ਡਿਟੇਲ ਆਪਾਂ ਤੁਹਾਨੂੰ ਦੱਸਦੇ ਹਾਂ। ਲੈ ਜਾ ਲੈ ਜਾ ਠੀਕ ਹੈ ਵੀਰ ਜੀ ਲੈ ਜਾ ਜੀ ਦੱਸੀਏ ਵੀਰ ਜੀ ਮੱਛੀ ਬਾਰੇ। ਅੱਛਾ 13000 ਦੀ ਦੇ ਦੋਗੇ? ਠੀਕ ਹੈ ਤੇ ਇਹਦੀ ਉਮਰ ਕਿੰਨੀ ਕੁ ਜੇ? ਡੇਢ ਸਾਲ ਦੀ ਹੋਊਗੀ। ਗਾਂ ਬਣੀ ਜੇ ਕਿ ਨਹੀਂ? ਨਹੀਂ ਬਣੀ ਨਹੀਂ। ਤੇ ਇਹਦੇ ਮਾਂ ਦੇ ਰਿਕਾਰਡ ਦਾ ਪਤਾ ਜੇ ਕੋਈ? ਮਾਂ ਦੇ ਰਿਕਾਰਡ ਦਾ ਪਤਾ ਹੈ ਜੀ। ਅੱਛਾ ਇਸ ਤਰ੍ਹਾਂ ਹੀ ਲਿਆਂਦੀ ਆ ਤੇ ਇਸ ਤਰ੍ਹਾਂ ਜੇ ਕੁਛ ਲਾਗੇ ਲੱਗ ਲਈ ਆ ਆਪਣਾ ਬੰਦਾ। ਅੱਛਾ ਠੀਕ ਹੈ ਤੇ ਵਛੇਰਾ ਵਿਖਾ ਦਈਏ ਫਿਰ? ਵਛੇਰਾ ਵੇਖੋ ਜੀ। ਚਲੋ ਆ ਜਾ ਫਿਰ ਆ ਵਛੇਰਾ ਜੇ ਇਹਦੇ ਬਾਰੇ ਦੱਸ ਦਿਓ ਵੀਰ ਜੀ ਇਹਨਾਂ ਬਾਰੇ ਸਾਡੀ ਸਾਨੂੰ ਜਾਣਕਾਰੀ ਘੱਟ ਹੀ ਆ। ਅੱਛਾ ਜੀ ਇਹ ਵਛੇਰਾ ਹੈਗਾ ਜੀ 8 ਮਹੀਨੇ ਦਾ ਜੀ। ਅੱਛਾ ਜੀ 8 ਮਹੀਨੇ ਦਾ? ਹਾਂ ਜੀ ਹਾਂ ਜੀ 8 ਤੋਂ 9 ਮਹੀਨੇ ਦਾ ਹੋਊਗਾ। ਠੀਕ ਹੈ। ਹਾਂ ਜੀ ਹਾਂ ਦੇ ਸਕਦੇ ਜੀ ਤੋਰੋ ਹਾਂ ਇੱਕ ਵਾਰੀ ਇਹਨਾਂ ਥੋੜ੍ਹਾ ਤੋਰ ਕੇ ਦਿਖਾਈ ਦਾ ਬਾਕੀ ਕੋਈ ਵੀਰ ਇੱਥੇ ਆ ਕੇ ਵੇਖ ਚੱਕ ਕੇ ਲੈ ਜੇ। ਠੀਕ ਹੈ ਵੀਰ ਜੀ ਬੰਦ ਹੋ ਜੀ ਤੇ ਇਹਦਾ ਕੀ ਮੁੱਲ ਜੀ? ਅੱਛਾ ਠੀਕ ਹੈ ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ 12000 ਰੁਪਏ ਮੁੱਲ ਕਰਦੇ। ਅੱਛਾ 12000 ਹੈ? ਹਾਂਜੀ ਕਰ ਦੋਗੇ ਮਾਨਤਨ ਵਿੱਚ? ਹਾਂਜੀ 10000 ਦਾ ਦਾਂਗੇ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀਏ ਜੀ। ਅੱਛਾ 10000 ਦਾ ਭਰਾ ਆਊਗਾ ਕੋਈ ਗੱਲ ਨਹੀਂ। ਠੀਕ ਹੈ ਜੀ। ਹਾਂਜੀ ਮਾਨ ਕਰਾਂਗੇ। ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ?
ਬਾਕੀ ਤਸੱਲੀ ਕਰਕੇ ਖੜੇ ਹੈ ਨਾ ਕੋਈ ਤੁਹਾਡੇ ਘਰ ਤਸੱਲੀ ਕਰਕੇ ਮਾਲ ਡੰਗਰ ਵੀ ਚੋਗੇ ਆਪਣਾ ਦੋ ਤਿੰਨ ਟੰਗ ਰਹਿਣ ਪੈਣ ਵਾਸਤੇ ਬਹੁਤ ਆਪਣਾ ਪੂਰਾ ਚੰਗੀ ਤਰ੍ਹਾਂ ਵੇਖ ਚਾ ਕੇ ਫਿਰ ਖੜੇ ਹੈ ਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀਰ ਜੀ ਹਨ ਨੇ ਪੰਜ ਛੇ ਪਕਾਊ ਕੀਤੇ ਆ ਤੇ ਬਾਕੀ ਕੋਈ ਵੀਰ ਇੱਥੇ ਆ ਗਏ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਤੇ ਫਿਰ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।